हाँ जी प्यारियो, मेरे वालों सारे प्यार भरी सत श्री अकाल ते स्वागत है ताड़ा साडे यूट्यूब चैनल जसमन ब्लॉग्स दे उत्ते जी। सो सवेर दे वज चुके ने जी, 5:30 हो चुके है जी सवेर दे। साडी तैयारी आ, मेरी ते सुख दी तैयारी आ जी, दोवां जणे चले आपां जी अपने पिता श्री नूं मिलन आनंदपुर साहिब। सो महाराज कृपा करन, चढ़दियां कलां बख्शन ते आपां दोवें जणे चले। राती फोन आया वीर दा, कहिंदा बे एकदम प्लैन बनया, कहिंदे वी आपां सवेरे दर्शन करके आउंदे आ। सो एक दिन का होएगा जी, शाम को आप वापसी आ साडी, ते कृपा करन गुरु साहब ते आप जो भी राह दे विच गतिविधियां होणगियां सारिआं दे तुहानूं दर्शन करावांगे जी। ते इदां ही साडे नाल जुड़े रहो, चैनल जरूर सबसक्राइब कर लिओ जस सिमरन व्लॉग्स। ते मिलदे आ जी तुहानूं थोड़े टाइम बाद। सो खाउणी वाला बस हुणे जस्ट फोन आया सीगा, कहिंदा मैं तुर लगा घर। आ गया बड़ा बद्दा आ गया जी। लो जी बंदा अपना पहुंच चुका अपने को टैटड़ है। की हाल है जी? की हाल? बढ़िया बढ़िया, ठीक है। और चलिए फिर, चलो सी आपा चले अपने घोड़े ते। चल बाय। हां ते चल ओड़ा झंडा ते डांस चा वे अगर झंडे की जा रहे ते पूरे पता ला जा भी है पा। लो जी झंडा लग गया, देखते के फतेह, पंथ की जीत। हुण शूकदा जाऊ अपना बुलट है। बिल्कुल हवेली दे बाहर शास्त्र भेद सब भेद कहे अवेक न जाने हो। श्री अस्पान कृपा तुमरी कर मैना कहो सब को दुकानिया द्वारा जगल द्वार को छट के द्वार द्वार वाहे गए की ला दे अस गोविंद दास तार। लो बेचो अगे चल दे, अगे आ जाओ। ਆਪਾਂ ਪਹੁੰਚ ਚੁੱਕੇ ਹਾਂ ਜੀ, ਬੜੇ ਬਾਟੀਆਂ ਹੱਥ 'ਚ ਲੈ ਕੇ, ਘੈਂਟ ਘੈਂਟ ਚਾਹ ਦੇ ਨਾਲ ਪਕੌੜੇ। ਇੱਕ ਬਹੁਤ ਬਹੁਤ ਇੱਕ ਪਕੌੜੇ ਆਪਣੇ ਮੁੱਕ ਜਾਂਦੇ। ਬਾਬਾ ਚਾਹ ਵਾਲਾ ਹਜੇ ਤੱਕ ਆਇਆ ਨਹੀਂ, ਉਹ ਲੇਟ ਹੋ ਗਿਆ। ਦੂਜੀ ਪਾਰਟੀ ਭਰਾਉਣੀ ਪੈਣੀ ਜਾਂਦੀ। ਹਾਂ ਜੀ ਫਾਈਨਲੀ ਚਾਹ ਆ ਗਈ ਬਾਬਾ ਸੁਭਾ ਜੀ। ਨਹੀਂ ਵਧੀਆ ਜੀ, ਗੁਰੂ ਮਹਾਰਾਜ ਦਾ ਲੰਗਰ ਭੰਡਾਰਾ ਚੱਲ ਰਿਹਾ ਵਾ, ਕਰਮੋ ਕਰਮ ਚਾਵਾ ਖੁਸ਼ੀਆਂ। ਲੋ ਜੀ ਨਵਾਂ ਵਿਆਹ ਵਾਲਾ ਮੁੰਡਾ ਵੀ ਆ ਗਿਆ ਜੀ, ਲੰਗਰ ਛਕ ਚੈੱਕ ਕਰੋ। ਨਵਾਂ ਨਵਾਂ ਮੁੰਡੇ ਦਾ ਵਿਆਹ ਆ ਤੇ ਕਹਿੰਦਾ ਲੰਗਰ ਛਕ ਕੇ ਫਿਰ ਹੀ ਜਾਣਾ ਵਾ ਕੁੜੀ ਲੈਣ। ਵਧੀਆ ਵਧੀਆ, ਸਹੀ ਗੱਲ ਆ। ਹਾਂਜੀ ਪਿਆਰਿਓ, ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਭੂਤਾਂ। ਸੁਣਨ 'ਚ ਬਹੁਤ ਅਜੀਬ ਲੱਗ ਰਿਹਾ ਪਰ ਨਾਮ ਐਕਚੁਅਲੀ ਇਹਦਾ ਨਾਮ ਆ ਭੂਤਾਂ ਪਿੰਡ, ਠੀਕ ਹੈ ਜੀ। ਰਾਹ ਮਗਰੋਂ ਬਣਨਾ ਸੀਗਾ ਬਟ ਸਪੀਡ ਜਿਹੜੀ ਕਿਸੇ ਨਾਲ ਰੇਸ ਲਾ ਰਹੀ ਤੇ 130 ਦੀ ਸਪੀਡ 'ਤੇ ਵੇਖਿਆ ਨਹੀਂ ਗਿਆ ਅਤੇ ਮੁੜ ਕੇ ਬਾਅਦ 'ਚੋਂ ਫਿਰ ਅੱਗੇ ਥੋੜ੍ਹਾ ਜਿਹਾ ਆ ਗਏ ਬਾਅਦ 'ਚੋਂ। ਫਿਰ ਇਹ ਸੋਚਿਆ ਵੀ ਹੁਣ ਇੱਧਰੋਂ ਵਿੱਚੋਂ ਵਿੱਚ ਜਾਈਏ, ਤੁਸੀਂ ਦੇਖ ਸਕਦੇ ਹੋ ਵੀ ਇਹ ਪਿੰਡ ਦਾ ਰਾਹ ਵਾ, ਇਹ ਪਿੰਡ ਵਿੱਚੋਂ ਵਿੱਚ ਜਾਣਾ ਪਿੰਡ ਥਾਣੀ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਬੜਾ ਸੋਹਣਾ ਪਿੰਡ ਆ ਅਤੇ ਹਰਿਆਲੀ ਪੂਰੀ ਆ, ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਪਿੰਡ, ਬਹੁਤ ਅੱਛਾ। ਸਾਹਮਣੇ ਰੋਡ ਜਾ ਰਿਹਾ ਅਤੇ ਬਿਲਕੁਲ ਇਹਦੇ ਨਾਲ ਖੜਖੜ ਕਲਾਂ ਖੜਖੜ ਕਲਾਂ। ਹਾਂਜੀ ਬਿਲਕੁਲ ਨਾਲ ਖੜਖੜ ਕਲਾਂ। ਅਤੇ ਅੱਜ ਇੱਥੇ ਬਹੁਤ ਜ਼ਿਆਦਾ ਫੋਰਸ ਆਈ ਹੋਈ ਆ ਕਿਉਂਕਿ ਇਹ ਰੋਡ ਖੜਖੜ ਕਲਾਂ ਨੂੰ ਜਾਂਦਾ। ਵੈਸੇ ਭਗਤ ਸਿੰਘ ਦਾ ਪਿੰਡ ਸ਼ਾਇਦ ਤੁਸੀਂ ਸੁਣਿਆ ਹੀ ਹੋਣਾ, ਸਾਰਿਆਂ ਨੇ ਕਿਤਾਬਾਂ 'ਚ ਵੀ ਪੜ੍ਹਿਆ ਜ਼ਰੂਰ ਹੋਊਗਾ।
ਤੇ ਇੱਥੇ ਬਹੁਤ ਫੋਰਸ ਆਈ ਆ ਸਾਹਮਣੇ ਤੁਸੀਂ ਰੋਡ ਦੇਖ ਸਕਦੇ ਜਿਹੜਾ ਕਿਉਂਕਿ ਇੱਥੇ ਅੱਜ ਸਹੁੰ ਚੁੱਕ ਹੈਗਾ ਸ਼ਾਇਦ ਕੱਲ ਸਹੁੰ ਚੁੱਕਣੀ ਆ ਆਪਣੇ ਜਿਹੜੇ ਨਵੇਂ ਸੀਐਮ ਭਗਵੰਤ ਮਾਨ ਜਿਹੜੇ ਆ ਉਹ ਉਹਨਾਂ ਨੇ ਸਹੁੰ ਚੁੱਕਣੀ ਆ ਅਤੇ ਉਸ ਦੇ ਸੰਬੰਧ ਦੇ ਵਿੱਚ ਇੱਥੇ ਫੋਰਸ ਬਹੁਤ ਤਾਇਨਾਤ ਕੀਤੀ ਹੋਈ ਆ ਸੋ ਚਲੋ ਮਹਾਰਾਜ ਕਿਰਪਾ ਕਰਨ ਜਿਹੜੀ ਸਰਕਾਰ ਬਣੀ ਆ ਉਹ ਵਧੀਆ ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਕਰੇ ਅਤੇ ਆਉਣ ਵਾਲੀ ਯੂਥ ਉਹਦਾ ਉਹਨਾਂ ਨੂੰ ਫਾਇਦਾ ਹੋ ਸਕੇ ਕੋਈ ਨਾ ਕੋਈ ਬਾਕੀ ਚਲੋ ਅਤੇ ਆਪਾਂ ਕਹਿੰਦੇ ਚਲੋ ਸਾਡੇ ਲੱਖ ਲੋਕ ਲੱਤਾਂ ਲੁੱਤਾਂ ਸਿੱਧੀਆਂ ਕਰ ਲਈਏ ਸੋ ਦੋ ਮਿੰਟ ਇੱਥੇ ਖਲੋ ਗਏ ਹਾਂ ਅਤੇ ਬਾਕੀ ਚਲੋ ਥੋੜ੍ਹੇ ਚਿਰ ਬਾਅਦ ਮਿਲਦੇ ਹਾਂ ਧੁੱਪ ਚੜ੍ਹ ਚੁੱਕੀ ਬੜੀ ਸੋਹਣੀ ਥੋੜ੍ਹਾ ਨਿੱਘ ਆ ਗਿਆ ਸਵੇਰੇ ਪਾਈਆਂ ਸੀਗੀਆਂ ਜੈਕਟਸ ਵਗੈਰਾ ਅਤੇ ਉਦੋਂ ਠੰਡ ਸੀ ਹੁਣ ਥੋੜ੍ਹਾ ਜਿਹਾ ਨਿੱਘ ਆ ਗਿਆ ਅਤੇ ਹੁਣ ਬੜਾ ਵਧੀਆ ਲੱਗਿਆ ਥੋੜ੍ਹੇ ਚਿਰ ਤੱਕ ਇਹ ਹੁਣੇ ਲੱਥ ਜਾਣੀਆਂ ਦੇਖਿਓ ਸਵੇਰੇ ਫਿਰ ਬਾਕੀ ਤੁਹਾਨੂੰ ਬਾਕੀ ਅਪਡੇਟ ਥੋੜ੍ਹੇ ਟਾਈਮ ਬਾਅਦ ਦਿੰਦੇ ਹਾਂ ਜੀ ਠੀਕ ਹੈ ਜੀ ਓਕੇ ਬਾਏ ਸੀ ਯੂ ਟੇਕ ਕੇਅਰ ਲੱਗਾ ਜੀ ਸੰਗਤਾਂ ਹੁਮ ਹੁਮ ਆ ਕੇ ਆ ਰਹੀਆਂ ਰੋਜ਼ ਦਾ ਲੰਗਰ ਛਕ ਰਹੀਆਂ ਖੁਸ਼ੀਆਂ ਦਾ ਕਹਿੰਦੇ ਟਿਕਾਣਾ ਨਹੀਂ ਰਿਹਾ ਸੁੱਖ ਦਾ ਰੋਜ਼ ਦਾ ਲੰਗਰ ਦੇਖ ਕੇ ਵੇਖਣਾ ਕਿਹੜਾ ਲੰਗਰ ਆ ਜਿੱਥੋਂ ਤੱਕ ਮੇਰਾ ਖਿਆਲ ਆ ਮੈਨੂੰ ਲੱਗ ਰਿਹਾ ਮੈਗੀ ਲੱਗੀ ਆ ਮੈਗੀ ਦਾ ਲੰਗਰ ਆ ਚਲੀਏ ਜਾ ਕੇ ਵੇਖੀਏ ਚਲੀਏ ਚਲੋ ਫਿਰ ਆਹੋ ਵੇਖੀ ਜਾਊ ਅੱਜ ਕਿਆ ਬਾਤ ਹੈ ਨਿਊਡਲਸ ਵਾਹ ਵਾਹ ਅੱਲੇ ਪੱਲੇ ਹੁਣ ਆਪਾਂ ਲੱਗ ਚੁੱਕੇ ਹੈ ਦੋ ਦੋ ਮੈਂ ਕਹਿੰਦਾ ਦੋ ਦੋ ਕੀ ਚਾਰ ਚਾਰ ਜਿੰਨੀਆਂ ਮਰਜ਼ੀ ਬਾਬਾ ਜੀ ਇੱਕ ਹੋਰ ਪਾ ਦਿਓ ਨਿਊਡਲਸ ਖਾਣ ਤੋਂ ਬਾਅਦ ਦੋ ਬੰਦਿਆਂ ਨੇ ਤਿੰਨ ਪਲੇਟਾਂ ਲੈ ਆਉਂਦੀਆਂ ਨੇ ਬਹੁਤ ਹੀ ਜ਼ਬਰਦਸਤ ਟਿੱਕੀਆਂ ਸੋਹਣੀਆਂ ਤਲੀਆਂ ਹੋਈਆਂ ਚਮਚਾ ਟੁੱਟ ਗਿਆ ਚਮਚਾ ਟੁੱਟ ਗਿਆ ਵੈਲਡਿੰਗ ਕਰਾ ਲਈਏ ਹੱਥ ਨਾਲ ਚੱਲਣਗੀਆਂ ਹੱਥ ਨਾਲ ਚੱਲਣ ਦਾ ਐਲ ਫੜੋ ਫਿਰ ਕਰੋ ਗੱਲ ਖਾਣ ਤੋਂ ਬਾਅਦ ਲਾਸਟ ਸਟਾਲ ਆਪਣਾ ਬਚਿਆ ਗੋਲ ਗੱਪਿਆਂ ਦਾ ਜੋ ਕਿ ਬੜੇ ਸਵਾਦਿਸ਼ਟ ਲੱਗ ਰਹੇ ਨੇ ਵਾਹ ਜੀ ਵਾਹ ਇਹ ਤਾਂ ਟੁੱਟਾ ਹੈ ਚਲੋ ਕੋਈ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਪਹੁੰਚ ਚੁੱਕੇ ਹਾਂ ਜੀ ਅਨੰਦਪੁਰ ਸਾਹਿਬ ਅਤੇ ਸੰਗਤਾਂ ਹੁਮ ਹੁਮ ਆ ਕੇ ਪਹੁੰਚੀਆਂ ਵੇਖੋ ਜੀ ਰੌਣਕ ਮੇਲਾ ਪੂਰਾ
ਜ਼ਬਰਦਸਤ ਮਹਾਰਾਜ ਨੇ ਤਰਸ ਕੀਤਾ ਵਾ ਦਰਸ਼ਨਾਂ ਵਾਸਤੇ ਮੈਂ ਕਿ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ ਜੀ ਇਹ ਜੀ ਕੇਸਗੜ੍ਹ ਸਾਹਿਬ ਦੇ ਉੱਪਰੋਂ ਟੋਪ ਤੋਂ ਵਿਊ ਆ ਸਾਹਮਣੇ ਸਰੋਵਰ ਹੈ ਉਹ ਸਾਹਮਣੇ ਇੱਧਰੋਂ ਸਾਹਮਣੇ ਐਂਟਰੀ ਬਿਲਕੁਲ ਸਾਹਮਣੇ ਕਿਹੜੇ ਲਾਗੇ ਗੁਰਦੁਆਰੇ ਵਿੱਚ ਚੱਲਣਾ ਹਾਂ ਉਹ ਵੇਖਣਾ ਆਪਣਾ ਬਾਬਾ ਡੂੰਘਾ ਥੱਲੇ ਜਾ ਕੇ ਆਉਣਾ ਸੁੱਖ ਕਿਹੜਾ ਸਮਾਨ ਵੇਖਦਾ ਮੈਂ ਮਨ ਵਿਆਹ ਤਾਂ ਆਇਆ ਨਹੀਂ ਅਜੇ ਨਿਆਣਿਆਂ ਦਾ ਸਮਾਨ ਪਹਿਲਾਂ ਹੀ ਇਹ ਠੀਕ ਆ ਕੀ ਲੈਣਾ ਮੈਂ ਮੇਰੇ ਵੀਰ ਕਿਹੜੇ ਮੇਰੇ ਵੀਰ ਨੇ ਕਿਹੜੀ ਚੀਜ਼ ਲੈਣੀ ਸੀ ਆਹ ਲੈਣਾ ਸੀ ਕਾਕੇ ਨੇ ਸੁੱਖ ਵੀਰੇ ਇੱਦਾਂ ਕਰੋ ਸਟਾਰਟ ਕਰੋ ਮੈਂ ਤੁਹਾਡੇ ਨਾਲ ਕਾਫੀ ਪੇਟ ਪੂਜਾ ਕਰਨ ਤੋਂ ਬਾਅਦ ਜਦੋਂ ਲੱਗਾ ਵੀ ਓਵਰ ਛਕਿਆ ਗਿਆ ਤੇ ਫਿਰ ਨਿੰਬੂ ਨਹੀਂ ਨਿੰਬੂ ਪਾਣੀ ਨਹੀਂ ਪੂਤਨੇ ਪੂਤਨੇ ਵਾਲੀ ਕੀ ਕਹਿੰਦੇ ਨੂੰ ਕਾਂਜੀ ਕਾਂਜੀ ਪੂਤਨੇ ਵਾਲੀ ਕਾਂਜੀ ਇਹਨਾਂ ਡਾਈਜੈਸ਼ਨ ਠੀਕ ਹੋ ਜੂਗੀ ਆਹ ਹੋ ਜਾਵਾ ਆਹ ਦੁਨੀਆ ਵਾਲਾ ਜੀ
चलिए पीली हाडे सुख ने कांजी हुण छिक्कां दे नाल बुरा हाल ते दुकान कोई लभ नहीं रही हुण सीधा मैडिकल लभा एक बड़ी शिद्दत दे नाल आपां जाणा औखे हो गए दुकान भावें बंद होवे शुक्र दुकान लभ गई आ हैल्थ केयर सेंटर मेरी खिचो अभी पहुँच चुके जी नहर ते बड़ा सोहना जिहदा पानी है वेखो डर जा भी लगता वा बाई चांस जे मोबाइल डिग पिया तो साडे ब्लॉग होने बंद होने फिर ना क्यों हाँ जी प्यारे हूँ असी हो लगे जी रवाना गुरु साहब ने तरस किया है दर्शन दी दारे बख्शे ने हम पिता जी के दर्शन करके आनंदपुर साहब की पावन पवित्र धरती के दर्शन करके हम असी चले जी रवाना हो लगे श्री अमृतसर साहब न अपने ग्रह विखे सो महाराज कृपा कर सारिया दी यात्रावां सफल होन ते ब्लॉग आपां पावांगे जी ते ब्लॉग तुसी सारे देखियो दर्शन दिओ ते अपने कमेंट्स लाइक शेयर जरूर करियो एंड चैनल सबसक्राइब जरूर करियो जी ते फिर मिलते हैं जी अगो जो भी होगा ते फिर तुहानू अगे जाके व्यूज जो भी होगा तुहानू जरूर दिखावांगे जी ओके जी बाय सी यू टेक केयर हाँ जी इधर Take the next right. Continue for 1.5 kilometers. बड़ा ढंगा होना यार आसमान से गिरे खजूर से में अटके कहते वैष्णो माता से चले कहते धर्मशाला चले सारे आंदे ਇਹ ਨਾ ਉੱਥੋਂ ਦੇ ਲੱਗਣ ਦੇ ਮੈਨੂੰ
ਰਾਹ 'ਚ ਆਉਂਦੇ ਆਉਂਦੇ ਬਿਲਕੁਲ ਸਾਹਮਣੇ ਦੇਖਿਆ ਤਾਂ ਬੜਾ ਹੀ ਸੋਹਣਾ ਦਰਸ਼ਨੀ ਦਿਓੜੀ ਦਾ ਦੁਆਰ, ਬੜਾ ਹੀ ਸੋਹਣਾ। ਅਤੇ ਆਪਾਂ ਕਿਹਾ ਵੀ 2 ਮਿੰਟ ਲੱਤਾਂ ਸਿੱਧੀਆਂ ਕਰ ਲਈਏ ਨਾਲ, ਅਤੇ ਨਾਲ ਦੇਖ ਲਈਏ। ਬੜਾ ਹੀ ਵਧੀਆ ਲੱਗ ਰਿਹਾ ਸੀਗਾ। ਹੁਣ ਤਾਂ ਅੰਦਰੋਂ ਦਿਖਾਉਂਦੇ ਹਾਂ, ਅੰਦਰੋਂ ਦਿਖਾਉਂਦੇ ਹਾਂ, ਸੁੱਖ ਚੱਲਿਆ ਅੰਦਰ ਅਤੇ ਅੰਦਰੋਂ ਦਿਖਾਉਂਦੇ ਹਾਂ। ਇਹ ਸ਼੍ਰੀਮਾਨ 108 ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨਿਰਮਲ ਕੁਟੀਆ ਡੇਰਾ ਅੰਗੀਠਾ ਸਾਹਿਬ ਜੈਣ ਜ਼ਿਲ੍ਹਾ ਹੁਸ਼ਿਆਰਪੁਰ ਦਾ ਜੀ। ਅਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ ਵੀ ਬੜਾ ਹੀ ਸੋਹਣਾ ਲੱਗ ਰਿਹਾ ਸੀ। ਅਤੇ ਬੜੀ ਅੱਛੀ ਲੋਕੇਸ਼ਨ ਦੇ ਉੱਤੇ ਗੁਰਦੁਆਰਾ ਸਾਹਿਬ ਸਥਾਪਿਤ ਆ, ਬੜੀ ਸ਼ਾਂਤੀ। ਤੁਸੀਂ ਦੇਖ ਸਕਦੇ ਮੇਰੀ ਆਵਾਜ਼ ਤੋਂ ਤੁਹਾਨੂੰ ਪਤਾ ਲੱਗਦਾ ਮੈਂ ਕਿੰਨੀ ਸ਼ਾਂਤੀ ਆ। ਬੜੀ ਸੋਹਣੀ ਜਗ੍ਹਾ ਦੇ ਉੱਤੇ ਬਣਿਆ। ਵਾਹ ਜੀ ਵਾਹ, ਕਿਆ ਬਾਤ ਹੈ। ਸ਼ਾਇਦ ਗੁਰੂ ਸਾਹਿਬ ਨੇ ਸਾਨੂੰ ਰਾਹ ਉਸ ਰਾਹ ਤੋਂ ਅਲੱਗ ਰਾਹ 'ਤੇ ਤਾਂ ਕਰਕੇ ਪਾਇਆ ਸੀਗਾ ਵੀ ਚਲੋ ਇਸ ਸਥਾਨ 'ਤੇ ਆ ਕੇ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰੀਏ। ਬਹੁਤ ਹੀ ਵਿਸ਼ਾਲ ਅਤੇ ਸੁੰਦਰ ਗੁਰਦੁਆਰਾ ਸਾਹਿਬ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਵਾਹ ਜੀ ਵਾਹ। ਬਹੁਤ ਸੁੰਦਰ ਗੁਰਦੁਆਰਾ, ਬੜੇ ਸ਼ਾਂਤਮਈ ਮਾਹੌਲ ਦੇ ਵਿੱਚ, ਅਤੇ ਜਗ੍ਹਾ ਬੜੀ ਸ਼ਾਂਤਮਈ ਜਗ੍ਹਾ ਦੇ ਵਿੱਚ ਬਣਾਇਆ ਹੋਇਆ। ਬਾਕੀ ਤੁਹਾਨੂੰ ਅੰਦਰ ਜ਼ਰੂਰ ਦਰਸ਼ਨ ਕਰਾਉਂਦੇ ਹਾਂ ਜੇ ਹੁਣ ਆਏ ਹਾਂ ਤਾਂ। ਇੱਥੇ ਜੁੜੇ ਲਾ ਲਈਏ। ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ। ਅੱਛਾ ਜੀ, ਵਾਹ ਜੀ ਵਾਹ। ਆਟੋਮੈਟਿਕ ਡੋਰ ਓਪਨ। ਵਾਹਿਗੁਰੂ, ਤੁਹਾਨੂੰ ਗੁਰੂ ਰਾਮਦਾਸ। ਹੋਣਾ ਹੀ ਤਾਂ ਲੈ ਗਏ। ਧੰਨ ਗੁਰੂ ਰਾਮਦਾਸ। ਸ਼ੀਸ਼ ਮਹਿਲ ਆ ਜੀ, ਦੇਖੋ। ਹਾਂਜੀ, ਅੱਛਾ ਜੀ, ਆਪਾਂ ਥੱਲੇ ਵੀ ਜਾ ਸਕਦੇ ਹਾਂ ਜੀ, ਅਤੇ ਦੇਖਦੇ ਹਾਂ ਕਿਰਪਾ ਕਰਨ। ਵਾਹਿਗੁਰੂ। ਇਹ ਜੀ ਭੋਰਾ ਸਾਹਿਬ ਆ ਜੀ, ਭੋਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਆਪ ਜੀ ਨੂੰ। ਵਾਹਿਗੁਰੂ ਜੀ, ਸਤਿਨਾਮ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਉਹ ਵੀ ਥੋੜ੍ਹਾ ਜਿਹਾ ਜਾਣਨਾ ਪਊਗਾ ਇਸ ਗੁਰਦੁਆਰਾ ਸਾਹਿਬ, ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ, ਅਤੇ ਇਸ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਵੀ ਇਹ ਕਿੰਨਾ ਵੱਲੋਂ ਅਤੇ ਥੋੜ੍ਹਾ ਜਿਹਾ ਇਸ ਬਾਰੇ। ਇਹ ਸੰਤ ਬਾਬਾ ਹਰਨਾਮ ਸਿੰਘ ਦਾ ਗੁਰਦੁਆਰਾ ਹੈ ਜੀ। ਠੀਕ ਹੈ ਜੀ। ਇਹ ਸੰਤ ਬਾਬਾ ਹਰਨਾਮ ਸਿੰਘ ਪਾਕਿਸਤਾਨ ਤੋਂ ਆਏ ਸੀ। ਠੀਕ ਹੈ ਜੀ। ਇਹ ਸੰਤ ਬਾਬਾ ਕਰਮ ਸਿੰਘ ਜੀ ਦੇ ਉਹਨਾਂ ਦੇ ਸੇਵਕ ਆ। ਜਦ ਸੰਤ ਬਾਬਾ ਕਰਮ ਸਿੰਘ ਜੀ ਪਾਕਿਸਤਾਨ ਸੀਗੇ ਤਾਂ ਉਹਨਾਂ ਨੇ ਆਪਣੇ 2 ਸ਼ਿਸ਼ ਭੇਜੇ ਸੀਗੇ, ਇੱਕ ਸੰਤ ਬਾਬਾ ਹਰਨਾਮ ਸਿੰਘ ਜੀ ਦੁਆਬੇ ਵਿੱਚ, ਠੀਕ ਹੈ ਜੀ, ਸੰਤ ਬਾਬਾ ਅਤਰ ਸਿੰਘ ਜੀ ਰੇਰੂ ਵਾਲੇ, ਠੀਕ ਹੈ ਜੀ, ਉਹ ਮਾਝੇ ਵਿੱਚ ਭੇਜੇ ਸੀਗੇ ਕਿ ਸੰਗਤਾਂ ਨੂੰ ਜਾ ਕੇ ਨਾਮ ਜਪਾਓ। ਠੀਕ ਹੈ ਜੀ। ਅਤੇ ਇਹਨਾਂ ਨੇ ਫਿਰ ਨਾਮ ਜਪਦਿਆਂ ਨੇ ਇਹਨਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ 40 ਬ੍ਰਹਮ ਗਿਆਨੀ ਬਣਾਏ।
श्री केसगढ़ साहब जी का जो उत्थे का केसगढ़ साहब का पता ना। हाँ जी बिल्कुल। केसगढ़ साहब का नींह पत्थर काम कर कमलों के नाल इन्होंने आप अपने हथी रखा सर। संत बाबा हरनाम सिंह वो है संत बाबा हरनाम सिंह। ठीक है जी। तो उसकी जिस उसकी फिर जो नक्शा सगा ना उस वेले उ पांच इंजीनियर आए थे। ठीक है जी। इस आप जे गुरु गोबिंद सिंह महाराज का केसगढ़ साहब का जो अस्थान है ना आप इन्होंने बनाना आ तो यद नक्शा बनाइए ताकि आने वाली संगत पता लगे। ठीक है। वो फिर संग जो नक्शा उन्होंने बनाया सगा ना वह फिर इन्ना कामयाब नहीं होया। महापुरख आप फिर ना सचखंड गए जाके उतो नक्शा बना के लिया वो नक्शा भी सारिया संगत ने उन्होंने पास किया। ठीक है जी। वो नक्शे के आधार पर ही उस आधार पर श्री केसगढ़ साहब केसगढ़ साहब तो फिर संत बाबा हरनाम सिंह ने अपने कर कमलों के नाल नींह पत्थर तो रख दिता। कहते संतों ने साधुओं ने नींह पत्थर तो रख दिता इन बनाऊगा कौन। हाँ। फिर इन दे गड़बई से जिन गड़बई जिन गड़बई हाँ जी शिष्य जी शिष्य कहते हैं इस पिंड के रहने वाले से संत बाबा हरी सिंह जी। ठीक है जी। तो उन्होंने फिर महापुरखों को मंगया सगा कि मैनू ना तो जोड़े बच्चे आना विद्या पढ़ाने वास्ते। ठीक है जी। मेरे च बल बख्शो ताकि जोड़े बच्चे असी स्कूल बनाइए कॉलेज बनाइए यूनीवर्सिटियां बनाइए तो बच्चे उत्थे विद्या लै सकते। ठीक। उन्होंने फिर संत बाबा हरी सिंह जी ने उन्हों की उस जगह की जिथे संत बाबा नाम सिंह जी ने कर कमलों के नाल नींह पत्थर रखा सर उस जगह के उत्ते उन्होंने शुरुआत काम करा के तो काम करवाया सर। ठीक है जी। ठीक है जी। तो ये गुरद्वारा साहब मतलब कितना टाइम हो गया ये इत्थे स्थापित। ये जी आ बिल्डिंग बनाई आ ये बनाई हैगी सत्त विच बनी आ 2007 विच। ठीक है। पहला मतलब जी जगह थले देख के आए। हाँ जी हाँ जी। इन्ना को छोटा जिहा गुरद्वारा हुंदा सी। ठीक है। ठीक है जी। समय के मुताबिक ओके। अज बहुत सोहने सोहने एक्सपीरियंस हो रहे ने राज जाते जाते रोज़ पीती थोड़ी जी अगे जाके देखा तो गुरद्वारा साहब पहलों तो आप समझे भी कोई पैलेस है शायद पर जो उपर निशान साहब देखे तो उस टाइम चलिया नहीं गया उस टाइम आप भी इतने रुक जाइए बस उ खड़ गए तो वेख्या यार गुरद्वारा साहब इदा लगता भी फॉरन के आ गए होंने आप भी कैनेडा वगैरह ज फिर किसी ना क्यों सुख इदा लगता नहीं जिमें आप कि मतलब यूरोप वगैरह के गुरद्वारा साहब आ गए होंगे ना है ना इदा ही चीज़ होंगी तो इदा वधिया मैं कहना बहुत ही शानदार बिल्कुल रोड के साइड के उत्ते इन्ना वधिया लग रहा ना मन खुश हो गया देख के बाकी अंदरों तुहानू दर्शन कराने गुरु साहब कृपा करन तो बहुत ही अच्छा लग रहा है तो अंदर भी जाने तो देखते हैं जी। ठीक है जी। इधर लंगर है इधर इधर लंगर हाल आ गुरद्वारा साहब आई थिंक लंगर ही शायद ये लंगर हाल ही हो सकता पर जे लंगर हाल भी है तो अंदर जाकर जरूर आप देखोगे बाहर वाहेगुरु धन गुरु रामदास बिल्कुल सारा साउंड वधिया ना के बाहर वाले दा बंदे दा ही है बिल्कुल अपना नहीं ना उन्हें उसी कॉन्सेप्ट दे नाल पूरा बिल्कुल सेम है ना सेम कॉन्सेप्ट है ना हुण आपां ना लंगर हाल वेखिए है ना पर उहदे जा के भी लंगर हाल के फ्रंट एलिवेशन इन्ना ज़्यादा सोहना लग रहा है ना किन्ना मतलब अट्रैक्टिव है ना प्रशादा छक रही संगत बड़े ही सोहने हाइजेनिक तरीके दे नाल लंगर प्रशादा तैयार होंगे इतने सफाई का बहुत ही अच्छा ध्यान रखा जाता बहुत तुसीं ते देख ही सकते हो भी कहण दी लोड़ ही नहीं इह गल बहुत ही अच्छी सफाई इतना वधिया तरीके दे नाल
ਤੇ ਇਹ ਜਿੰਨੀਆਂ ਵੀ ਤੁਸੀਂ ਗੱਡੀਆਂ ਦੇਖ ਰਹੇ ਹੋ ਨਾ, ਇਹ ਵੱਖ ਵੱਖ ਸ਼ਹਿਰਾਂ ਦੀਆਂ ਵੱਖ ਵੱਖ ਸਿਟੀਜ਼ ਜਿੰਨੀਆਂ ਵੀ ਉਹਨਾਂ ਦੇ ਵਿੱਚ ਜਾਂਦੀਆਂ ਅਤੇ ਉੱਥੇ ਲੰਗਰ ਪ੍ਰਸ਼ਾਦੇ ਵਾਸਤੇ ਸੰਗਤਾਂ ਨੂੰ ਜਾਂਦੀਆਂ, ਕਈ ਹੋਸਪਿਟਲ ਦੇ ਵਿੱਚ ਜਾਂਦੀਆਂ ਅਤੇ ਹੋਰ ਭਾਅ ਜੀ ਕਈ ਹੋਸਪਿਟਲ ਦੇ ਵਿੱਚ ਜਾਂਦੀਆਂ, ਹੋਰ ਹੋਸਪਿਟਲਾਂ ਤੋਂ ਇਲਾਵਾ ਜਿੰਨੇ ਵੀ ਸਿਵਲ ਹੋਸਪਿਟਲ ਆ, ਸਿਵਲ ਹੋਸਪਿਟਲ ਤੋਂ ਇਲਾਵਾ ਜਿਵੇਂ ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਲਓ ਤੁਸੀਂ, ਹਾਂਜੀ ਹੋਸਪਿਟਲ ਤੋਂ ਇਲਾਵਾ ਰੇਲਵੇ ਸਟੇਸ਼ਨ, ਹਾਂ ਸਟੈਂਡ, ਲੁਧਿਆਣੇ ਦੀ ਗੱਲ ਕਰ ਲਓ ਤਾਂ ਲੁਧਿਆਣੇ ਦਾ ਬੱਸ ਸਟੈਂਡ, ਠੀਕ ਹੈ ਜੀ, ਔਰ ਉਸ ਤੋਂ ਬਾਅਦ ਪੀ ਜੀ ਆਈ ਗੱਡੀ ਜਾਂਦੀ ਆ, ਹੁਸ਼ਿਆਰਪੁਰ ਦੇ ਵਿੱਚ ਦੋ ਗੱਡੀਆਂ ਜਾਂਦੀਆਂ, ਇੱਕ ਸਿਵਲ ਹੋਸਪਿਟਲ ਜਾਂਦੀ ਆ ਔਰ ਇੱਕ ਸਿਟੀ ਦੇ ਅੰਦਰ ਜਾਂਦੀ ਆ ਰਾਊਂਡ ਕਰ, ਠੀਕ ਹੈ ਜੀ, ਜਿਹੜੇ ਮੇਨ ਉਹਦੇ ਪੁਆਇੰਟ ਆ ਜਿੱਥੇ ਪਤਾ ਵੀ ਲੇਬਰ ਮਿਲ ਸਕਦੀ ਆ ਜਾਂ ਲੋੜਵੰਦ ਬੰਦੇ ਦਾ ਆਪਾਂ ਨੂੰ ਮਿਲ ਸਕਦੀ, ਠੀਕ ਹੈ ਜੀ, ਠੀਕ ਹੈ ਜੀ, ਤਕਰੀਬਨ 20 ਤੋਂ 25 ਦੇ ਵਿੱਚ ਸਿਵਲ ਹੋਸਪਿਟਲ ਆ, ਹਰ ਇੱਕ ਸ਼ਹਿਰ ਦੇ ਸਿਵਲ ਹੋਸਪਿਟਲ ਆ, ਹਰ ਇੱਕ ਦੇ ਵਿੱਚ ਖਾਣਾ ਜਾਂਦਾ, ਠੀਕ ਹੈ ਜੀ, ਬਹੁਤ ਵਧੀਆ ਸੇਵਾ, ਜੋ ਮਾਝਾ ਸਾਰਾ ਕਵਰ ਹੋ ਗਿਆ, ਦੁਆਬਾ ਕਵਰ ਹੋ ਗਿਆ, ਜਿਹੜੀ ਅਗਲੀ ਕਿਚਨ ਆ ਉਹ ਤੁਹਾਨੂੰ 24 ਤਰੀਕ ਨੂੰ ਓਪਨਿੰਗ ਹੋ ਜਾਣੀ ਹੈ ਗਿੱਦੜ ਬਾਹੇ ਦੇ ਕੋਲ, ਉਹ ਕਿੱਥੇ ਹੋ ਰਹੀ ਭਾਅ ਜੀ? ਉਹ ਪਿੰਡ ਮਦੀਰ ਆ, ਹਾਂਜੀ, ਗਿੱਦੜਬਾਹੇ ਦੇ ਕੋਲ, ਸ੍ਰੀ ਮੁਕਤਸਰ ਸਾਹਿਬ, ਇਹ ਭਾਅ ਜੀ ਵੈਸੇ ਮੇਨ ਇਹ ਕਿਹੜੀ ਜਗ੍ਹਾ ਪੈਂਦੀ ਜੇ ਤੁਸੀਂ? ਇਹ ਹੈਗੀ ਆ ਪੁਰ ਹੀਰਾ, ਪੁਰ ਹੀਰਾ, ਪੁਰ ਹੀਰਾ ਏ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਆ ਗਿਆ, ਜੇ ਇਹਨੂੰ ਆਪਾਂ ਮਲ ਸੰਗਤ ਨੂੰ ਦੱਸਣਾ ਹੋਵੇ ਤੇ ਆਪਾਂ ਉਹਨਾਂ ਨੂੰ ਸੌਖਾ ਤਰੀਕੇ ਨਾਲ ਕਿਦਾਂ? ਉਹਨਾਂ ਨੂੰ ਇਹ ਕਹਿ ਸਕਦੇ ਆ ਕਿ ਫਗਵਾੜਾ ਬਾਈਪਾਸ ਚੌਂਕ ਜਿਹੜਾ ਨਾ, ਫਗਵਾੜਾ ਬਾਈਪਾਸ, ਕਿਉਂਕਿ ਇਹ ਜਿਹੜਾ ਰਸਤਾ ਨਾ ਫਗਵਾੜਾ ਬਾਈਪਾਸ ਆ, ਠੀਕ ਹੈ ਜੀ, ਸੰਗਤਾਂ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਜਾਂ ਕਿਸੇ ਹੋਰ ਏਰੀਆ ਤੋਂ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਤਾਂ ਸਿਟੀ ਦੇ ਵਿੱਚੋਂ ਦੀ ਆ ਜਾਂਦੀਆਂ, ਠੀਕ ਹੈ ਜੀ, ਜੇ ਸੰਗਤਾਂ ਬਾਈਪਾਸ ਆਣਗੀਆਂ ਤੇ ਇਸ ਥਾਂ ਥਾਂ ਹੀ ਲੰਘ ਕੇ ਜਾਣਗੀਆਂ, ਠੀਕ ਹੈ ਜੀ, ਉਹ ਵੈਸੇ ਕਿਸੇ ਨੂੰ ਪੁੱਛਿਆ ਜਾਵੇ ਭਾਅ ਜੀ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਪੁਰ ਹੀਰਾ ਹੁਸ਼ਿਆਰਪੁਰ ਜਾਂ ਫਗਵਾੜਾ ਬਾਈਪਾਸ ਕਹਿ ਦਿਓ, ਫਿਰ ਸੰਗਤਾਂ ਨੂੰ ਪਤਾ ਲੱਗ ਜਾਂਦਾ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ, ਬਹੁਤ ਖੁਸ਼ੀ ਹੋਈ, ਖੁਸ਼ ਬਹੁਤ ਖੁਸ਼ੀ ਹੋਈ ਭਾਈ ਸਾਹਿਬ ਜੀ, ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਬਸ ਭਾਅ ਜੀ ਫਤਿਹ ਆ, ਫਤਿਹ ਆ, ਫਤਿਹ ਆ, ਸੁੱਖ ਹਾਓ ਵਾਸ ਦਾ ਐਕਸਪੀਰੀਅੰਸ ਭਾਜੀ? ਮੈਂ ਕਹਿੰਦਾ ਕਿ ਇੰਨੀ ਕੁ ਮਹਾਰਾਜ ਦੀ ਕਿਰਪਾ ਨਾ, ਅੰਦਰ ਵੀ ਤੁਸੀਂ ਵੇਖਿਆ ਲੰਗਰਾਲ ਦੇ ਅੰਦਰ ਇੰਨੇ ਇੰਨੇ ਵੱਡੇ ਪਤੀਲੇ, ਇੰਨੀਆਂ ਦੇਗਾਂ ਰੋਜ਼ ਦੀਆਂ ਬਣਦੀਆਂ, ਸਹੀ ਗੱਲ, ਸਹੀ ਗੱਲ, ਲੰਗਰ ਤਿਆਰ ਹੁੰਦਾ ਹੋਊਗਾ, ਸਹੀ ਗੱਲ, ਆਪਣੇ ਅੰਮ੍ਰਿਤਸਰ ਵੀ ਕਹਿੰਦੇ ਕਿ ਜਾਂਦਾ ਮਤਲਬ ਗੁਰਦੁਆਰਾ ਸਾਹਿਬ ਦੇ ਤੇ ਆਪਣੇ ਰੇਲਵੇ ਸਟੇਸ਼ਨ ਦੇ ਹੋਸਪਿਟਲ ਦੇ ਵਿੱਚ ਜਾਂਦਾ, ਹੋ ਰਿਹਾ ਕਹਿੰਦੇ ਇੱਥੇ ਜਿਹੜੇ ਲੋੜਵੰਦ ਹੈ, ਜਿਹੜੇ ਮਤਲਬ ਮਿਡਲ ਕਲਾਸ ਜ਼ਿਆਦਾ ਗਰੀਬ ਆ, ਜਿਹੜੇ ਪੀਜ਼ਾ ਵਗੈਰਾ ਆਪਾਂ ਹੁਣ ਨਹੀਂ ਅਫੋਰਡ ਕਰ ਸਕਦੇ, ਹੈ ਨਾ, ਉਹਨਾਂ ਵਾਸਤੇ ਸੰਡੇ ਸਪੈਸ਼ਲ ਪੀਜ਼ਾ ਵਗੈਰਾ ਹੋਰ ਵੀ ਵਧੀਆ ਡਿਸ਼ਿਸ ਤਿਆਰ ਕੀਤੀਆਂ ਜਾਂਦੀਆਂ, ਮਤਲਬ ਇਹ ਸਾਰੇ ਕਨਸੈਪਟ USA ਬੇਸ ਕਨਸੈਪਟ ਆ ਸਾਰਾ ਜੋ ਵੀ ਇਹਨਾਂ ਨੇ ਬਣਾਇਆ, ਅਤੇ ਜਿਨ੍ਹਾਂ ਨੇ ਸੇਵਾ ਭਾਈ ਸਾਹਿਬ ਉਹਨਾਂ ਨੇ ਕਰਾਈ ਉਹ ਵੀ USA ਦੇ ਵਸਨੀਕ ਨੇ, ਅਤੇ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਚੱਲ ਰੱਖਣ, ਅਤੇ ਮਹਾਰਾਜ ਕਿਰਪਾ ਕਰਨ ਅੱਗੇ ਇੱਦਾਂ ਹੀ ਸੇਵਾ ਲੈਂਦੇ ਰਹਿਣ ਵਾਲੇ ਟਾਈਮ ਦੇ ਵਿੱਚ ਵੀ, ਠੀਕ ਹੈ ਜੀ, ਹੈਗਾ ਨਹੀਂ ਵੀ ਜਿਹੜੇ ਦਾ ਲੈਣਾ ਵਾ, ਹੈਗਾ ਵਿੱਚ ਕੁਛ ਨਹੀਂ ਪਰੇ।